ਜਨਵਰੀ ਡੇਟ ਖਤਮ ਹੋ ਗਿਆ ਕਿ ਚੱਲਦਾ ਪਿਆ ਬਿਲਕੁਲ ਅਜੇ ਸਟਿਲ ਅਵੇਲੇਬਲ ਹੈਗਾ ਇੱਕ ਵੀਕ ਦੇ ਵਿੱਚ ਜਿੰਨੀ ਵੀ ਐਪਲੀਕੇਸ਼ਨ ਪ੍ਰੋਸੈਸ ਹੋਣਗੀਆਂ ਸਾਰੀਆਂ ਐਪਲੀਕੇਸ਼ਨ ਜਨਵਰੀ ਡੇਟ ਵਿੱਚ ਤੁਸੀਂ ਐਪਲੀਕੇਸ਼ਨ ਨੂੰ ਅਪਲਾਈ ਕਰਕੇ ਵੀਜ਼ਾ ਸਲਗਾ ਸਕਦੇ ਤੇ ਬੈਂਡ ਸਕੋਰ ਕੀ ਲੈਣੇ ਪੈ ਇਸ ਵੇਲੇ ਜੀ ਸਿਰਫ 6 ਬੈਂਡ ਓਵਰਆਲ ਚਾਹੀਦੇ ਆ ਤੁਹਾਡੇ 1 ਚ 5.5 2 ਚ 5.5 ਕਿਸੇ ਮੋਡਿਊਲ ਚ 5 ਜਾਂ ਕਿਸੇ 4.5 ਬੈਂਡ ਵੀ ਐਕਸੈਪਟੇਬਲ ਆ 6 ਓਵਰਆਲ ਚਾਹੀਦੇ ਆ ਓਵਰਆਲ 6 ਬਿਲਕੁਲ ਪੀਟੀ ਵੀ ਪੀਟੀਵੀ ਐਕਸੈਪਟੇਬਲ ਹੈ 60 ਓਵਰਆਲ ਨਾਲ ਪ੍ਰੋਸੈਸ ਕਰ ਸਕਦੇ ਹੋ ਭਾਵੇਂ ਬੰਦੇ ਦੀਆਂ ਰਿਫਿਊਜ਼ਲਾਂ 4 ਹੋਣ 5 ਹੋਣ 5 ਹੋਣ 10 ਹੋਣ 15 ਹੋਣ ਵੀ ਐਕਸੈਪਟੇਬਲ ਹੈ ਓਕੇ ਤੇ ਇੱਕ ਤੁਹਾਡਾ ਮੈਂ ਵੀਜ਼ਾ ਦੇਖਿਆ ਹੈਗਾ ਐਕਸਪਾਇਰ ਐਲਸ ਤੇ ਜੀ ਉਹ ਵੀਜ਼ਾ ਕੀ ਸਿਸਟਮ ਹੈਗਾ ਜੀ ਸੋ ਦੇਖੋ ਕਾਫੀ ਸਾਰੇ ਏਜੰਟਸ ਇੱਧਰ ਦੇ ਜਿਨ੍ਹਾਂ ਦੇ ਕੋਲ ਬਹੁਤ ਸਾਰੇ ਕਾਲਜਸ ਆ ਜਿਹਨੂੰ 2-2 3-3 ਮਹੀਨੇ ਲਾ ਦਿੰਦੇ ਆ ਐਪਲੀਕੇਸ਼ਨ ਪ੍ਰੋਸੈਸ ਕਰਨ ਤੇ ਔਰ ਆਫਰ ਲੈਟਰ ਲੈਣ ਤੱਕ ਤੁਸੀਂ ਸਾਡੇ ਕੋਲ ਐਪਲੀਕੇਸ਼ਨ ਕਰਦੇ ਹੋ ਇੱਕ ਹਫਤੇ ਜੇ ਤੁਹਾਡੀ ਫਾਈਲ ਆਫਰ ਲੈਟਰ ਤੋਂ ਲੈ ਕੇ ਐਮਬੈਸੀ ਤੱਕ ਪਹੁੰਚਾਵਾਂਗੇ ਤੇ ਵਿਦ ਇਨ ਮੰਥ ਤੁਹਾਨੂੰ ਵੀਜ਼ਾ ਗ੍ਰਾਂਟ ਕਰਾ ਕੇ ਦਾਂਗੇ ਓਕੇ ਤੇ ਵਿਦ ਸਪਾਊਸ ਵੀ ਬੱਚਾ ਜਾ ਰਿਹਾ ਚਾਹੇ ਸਿੰਗਲ ਅਪਲਾਈ ਕਰਨਾ ਵਿਦ ਸਪਾਊਸ ਕਰਨਾ ਔਰ ਵਿਦ ਕਿਡ ਅਪਲਾਈ ਕਰਨਾ ਚਾਹੁੰਦੇ ਹੋ ਤਿੰਨਾਂ ਫਾਰਮੈਟ ਦੇ ਵਿੱਚ ਅਸੀਂ ਐਪਲੀਕੇਸ਼ਨ ਪ੍ਰੋਸੈਸ ਕਰ ਸਕਦੇ ਹਾਂ ਤੇ ਸਾਰੇ ਪੈਸੇ ਉਦੋਂ ਤੋਂ ਹੋਣਗੇ ਜਦੋਂ ਵੀਜ਼ਾ ਲੱਗ ਜਾਏ ਠੀਕ ਹੈ ਭਾਜੀ ਥੈਂਕ ਯੂ